ਸੰਤ ਤੇ ਭਗਤ ਉਸਨੂੰ ਕਹਿੰਦੇ ਨੇ ਜੋ ਖਸਮ ਦੇ ਬੋਲ ਸੁਣ ਲੈਂਦਾ ਹੈ, ਸੁਣ ਲੈਂਦਾ ਔਰ ਆਨੰਦ ਮਾਣਦਾ। ਜਿਹੜਾ ਉਹਨਾਂ ਬੋਲਾਂ ਨੂੰ ਜੋ ਸੁਣਦਾ ਹੈ ਜਗਤ ਦੇ ਸਪਸ਼ਟ ਰੂਪ ਦੇ ਬਿਆਨ ਕਰ ਸਕਦਾ, ਉਹ ਅਵਤਾਰ ਸ਼੍ਰੇਣੀ ਦੇ ਚ ਆ ਜਾਂਦੇ ਨੇ, ਪੈਗੰਬਰ ਸ਼੍ਰੇਣੀ ਦੇ ਚ ਆ ਜਾਂਦੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਬੰਦਾ ਉਸਨੂੰ ਸੁਣਾ ਨਹੀਂ ਸਕਦਾ। ਅਵਲ ਤੇ ਜਦ ਉਹ ਸੁਣਦਾ ਉਸ ਅਨਾਹਦ ਨਾਦ ਨੂੰ, ਇਤਨਾ ਮਸਤ ਹੋ ਜਾਂਦਾ, ਇਤਨਾ ਸਮਾਧੀ ਲੀਨ ਹੋ ਜਾਂਦਾ, ਇਤਨਾ ਰਸ ਦੇ ਚ ਵਿਭੋਰ ਹੋ ਜਾਂਦਾ, ਕਿਆ ਕਹੀਏ, ਕਿਛ ਕਹਿਣ ਨਾ ਜਾਏ, ਨਹੀਂ ਕਹਿ ਸਕਦਾ, ਖਾਮੋਸ਼ ਹੋ ਜਾਂਦਾ। ਇਸ ਅਵਸਥਾ ਚ ਕਰੀਬਨ ਕਰੀਬਨ ਸਾਰੇ ਖਾਮੋਸ਼ ਹੋ ਜਾਂਦੇ ਨੇ, ਸੰਤ ਜਨ ਭਗਤ ਜਨ, ਜਿਹੜੇ ਉਸੇ ਬੋਲ ਨੂੰ ਆਪਣੇ ਸ਼ਬਦਾਂ ਦੇ ਭਾਂਡਿਆਂ ਦੇ ਚ ਪਰੋਸ ਕੇ ਉਸੇ ਧੁਨ ਨੂੰ ਜਗਤ ਦੇ ਸਾਹਮਣੇ ਰੱਖਦੇ ਨੇ, ਉਹ ਅਵਤਾਰ ਸ਼੍ਰੇਣੀ ਦੇ ਚ ਆ ਜਾਂਦੇ ਨੇ, ਪੈਗੰਬਰ ਸ਼੍ਰੇਣੀ ਦੇ ਚ ਆ ਜਾਂਦੇ ਨੇ। ਲੇਕਿਨ ਹੁਣ ਅਵਤਾਰ ਦੀ ਪਹਿਚਾਣ ਕੌਣ ਕਰੇਗਾ, ਹੁੰਦੀ ਨਹੀਂ। ਮੈਂ ਫਿਰ ਅਰਜ਼ ਕਰਾਂ, ਅਵਤਾਰੀ ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਨੇ, ਸਾਰੇ ਹੀ ਠੁਕਰਾਏ ਗਏ, ਇੱਕ ਵੀ ਨਹੀਂ ਪੂਜਿਆ ਗਿਆ। ਈਸਾ ਸੂਲੀ ਤੇ ਚੜਿਆ ਹੋਇਆ, ਮੁਹੰਮਦ ਸਾਹਿਬ ਨੂੰ ਸਾਰੀ ਜ਼ਿੰਦਗੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਬਦਰ ਦੀ ਲੜਾਈ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ। ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਕਿਹਾ ਗਿਆ, ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ ਨੇ, ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ੍ਹ ਕੇ ਦੇਖੋ, ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨਵਾਸ ਪਏ ਕਰਦੇ ਨੇ, ਖੁਦ ਮਾਂ ਹੀ ਸਹਿਮਤ ਨਹੀਂ ਹੋਈ, ਭਾਵੇਂ ਚਲੋ ਮਥਰੇਈ ਸੀ, ਉਸ ਦੇ ਉੱਤੇ ਵੀ ਕੱਖ ਅਸਰ ਨਹੀਂ ਪਿਆ। ਪਿਤਾ ਦਸ਼ਰਥ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ, ਹੋਰ ਕੁਛ ਵੀ ਨਹੀਂ। ਕੰਸ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ, ਦੁਰਯੋਧਨ ਸਹਿਮਤ ਨਹੀਂ ਹੋਇਆ, ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਨਾਲ, ਜੰਗ ਹੋਈ, ਯੁੱਧ ਹੋਇਆ। ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਏ, ਉਹਦਾ ਇੱਕ ਕਾਰਨ ਵੀ ਮੈਂ ਅਰਜ਼ ਕਰਾਂ। ਸੰਤ ਨੂੰ ਕੌਣ ਪਹਿਚਾਣ ਸਕਦਾ ਹੈ, ਪਹਿਲੇ ਸੰਤ ਦੀ ਗੱਲ ਕਰੀਏ, ਕੌਣ ਪਹਿਚਾਣੇਗਾ? ਕੱਪੜਿਆਂ ਤੋਂ ਪਹਿਚਾਣ ਕਰੋਗੇ, ਕੱਪੜੇ ਤੇ ਸੁਹਾਗਣ ਦੇ ਤੇ ਵੇਸਵਾ ਦੇ ਇੱਕੋ ਹੀ ਜਿਹਾ ਆਉਂਦੇ ਨੇ। ਕੱਪੜੇ ਤੇ ਕਈ ਦਫਾ ਡਾਕੂ ਦੇ ਕੋਲ ਵੀ ਪੁਲਿਸ ਦੀ ਵਰਦੀ ਆਉਂਦੀ ਹੈ, ਪੁਲਿਸ ਨੇ ਵੀ ਪੁਲਿਸ ਦੀ ਵਰਦੀ ਪਾਈ ਆਉਂਦੀ ਹੈ, ਪਹਿਚਾਣ ਕਰਨੀ ਔਖੀ ਹੋ ਜਾਏਗੀ ਇਹਦੇ ਚ, ਪੁਲਿਸਮੈਨ ਕਿਹੜਾ ਹੈ ਤੇ ਡਾਕੂ ਕਿਹੜਾ ਹੈ, ਪਹਿਚਾਣ ਕਰਨੀ ਔਖੀ ਹੋ ਜਾਏ। ਵੇਸਵਾ ਕਿਹੜੀ ਹੈ ਤੇ ਸੁਹਾਗਣ ਕਿਹੜੀ ਹੈ, ਕੱਪੜੇ ਤੇ ਇੱਕੋ ਜਿਹਾ ਆਉਣਗੇ, ਹਾਰ ਸ਼ਿੰਗਾਰ ਤੇ ਇੱਕੋ ਜਿਹਾ ਹੋਵੇਗਾ, ਪਹਿਚਾਣ ਕਰਨੀ ਔਖੀ ਹੋ ਜਾਏ। ਸੰਤ ਨੂੰ ਕੌਣ ਪਹਿਚਾਣੇਗਾ? ਦੋ ਚਾਰ ਦਲੀਲਾਂ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੀ ਕੀ ਆਉਂਦੀ ਹੈ, ਭਾਵੇਂ ਜਵਾਨ ਉਸਦੇ ਸਾਹਮਣੇ ਨੇ, ਜਵਾਨ ਦੀ ਉਮੰਗ ਕੀ ਆਉਂਦੀ ਹੈ, ਤਰੰਗ ਕੀ ਆਉਂਦੀ ਹੈ, ਜਜ਼ਬਾਤ ਕੀ ਆਉਂਦੇ ਨੇ, ਇੱਕ ਬੱਚੇ ਨੂੰ ਕੀ ਪਤਾ ਹੈ, ਭਾਵੇਂ ਜਵਾਨ ਉਸਦੇ ਸਾਹਮਣੇ ਨੇ। ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ, ਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ, ਭਾਵੇਂ ਬੁੱਢੇ ਉਸਦੇ ਸਾਹਮਣੇ ਨੇ, ਬੁੱਢੇ ਦੀਆਂ ਖੂਬੀਆਂ ਕੀ ਨੇ, ਬੁੱਢੇ ਕੋਲ ਸੂਝ ਸਮਝ ਕੀ ਹੈ, ਬੁੱਢੇ ਦੀਆਂ ਮਜਬੂਰੀਆਂ ਕੀ ਨੇ, ਕਮਜ਼ੋਰੀਆਂ ਕੀ ਨੇ, ਇੱਕ ਜਵਾਨ ਨੂੰ ਕੀ ਪਤਾ ਹੈ।
ਬੁੱਢਾ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ ਹੈ, ਬੁਢੇਪਾ ਕੀ ਹੈ। ਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ, ਭਾਵੇਂ ਸੈਕੜੇ ਮੁਰਦਿਆਂ ਨੂੰ ਉਸਨੇ ਇਸ਼ਨਾਨ ਕਰਾਇਆ ਹੋਵੇ ਤੇ ਭਾਵੇਂ ਆਪਣੇ ਮੁੰਡਿਆਂ ਤੇ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਿਆ ਹੋਵੇ, ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ। ਮਰ ਕੇ ਹੀ ਪਤਾ ਚੱਲਦਾ ਮੌਤ ਕੀ ਆਉਂਦੀ ਹੈ, ਉਂਝ ਨਹੀਂ ਪਤਾ ਚੱਲਦਾ। ਸੰਤ ਹੋ ਕੇ ਹੀ ਪਤਾ ਚੱਲਦਾ ਸੰਤਪਣਾ ਕਿਸ ਨੂੰ ਕਹਿੰਦੇ ਨੇ, ਉਂਝ ਨਹੀਂ ਪਤਾ ਚੱਲਦਾ, ਉਂਝ ਨਹੀਂ। ਗੁਰੂ ਨਾਨਕ ਨੇ ਕਿਹਾ, ਇਹ ਵੱਡ ਊਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋਏ। ਅਗਲਾ ਜਿਤਨਾ ਉੱਚਾ ਹੈ ਉਤਨਾ ਹੀ ਉੱਚਾ ਕੋਈ ਹੋਵੇ ਤੇ ਸਮਝ ਸਕਦਾ, ਜਵਾਨ ਹੀ ਜਵਾਨ ਨੂੰ ਸਮਝ ਸਕਦਾ, ਬੱਚਾ ਨਹੀਂ ਸਮਝ ਸਕਦਾ। ਬੁੱਢਾ ਹੀ ਬੁੱਢੇ ਨੂੰ ਸਮਝ ਸਕਦਾ, ਜਵਾਨ ਨਹੀਂ ਸਮਝ ਸਕਦਾ। ਬੁੱਢੇ ਨੂੰ ਕੀ ਪਤਾ, ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ, ਆਮ ਬੰਦੇ ਨੂੰ ਕੀ ਪਤਾ ਸੰਤਪਣਾ ਕੀ ਹੁੰਦਾ। ਸੰਤ ਇੱਕ ਅਵਸਥਾ ਦਾ ਨਾਂ ਹੈ, ਸੰਤ ਇੱਕ ਹਾਲਤ ਦਾ ਨਾਂ ਹੈ, ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ। ਸੰਤ ਇੱਕ ਮਾਨਸਿਕ ਅਵਸਥਾ ਦਾ ਨਾਂ ਹੈ,